ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ? ਠੀਕ ਠਾਕ ਸਾਰੇ? ਅਤੇ ਹਾਂਜੀ, ਅੱਜ ਆਪਾਂ ਕਰਾਂਗੇ ਜੀ ਟੋਕੇ ਨੂੰ ਰੰਗ। ਇਹ ਜਿਉਂ ਦਾ ਲਿਆਂਦਾ ਆਪਾਂ ਕਿਤੇ ਕੀਤਾ ਹੀ ਨਹੀਂ ਰੰਗ ਇਹਨੂੰ ਇੱਕ ਵਾਰ ਵੀ। ਅਤੇ ਪਹਿਲੋਂ ਆਪਾਂ ਇਹਦਾ ਗੰਦ ਪਿਲਜਾ ਤੋਂ ਸਾਫ ਕਰਾਂਗੇ। ਆ ਪੱਠੇ ਪੁੱਠੇ ਜਿਹੇ ਨਿੱਕੇ ਨਿੱਕੇ ਜਿਹੜੇ ਵਿੱਚ ਇਹਦੇ ਫਸੇ ਆ ਸਾਰੇ ਬੁਰਸ਼ ਨਾਲ ਕੱਢ ਕੇ ਅਤੇ ਇਹਨੂੰ ਰੇਕ ਮਾਰ ਮਾਰ ਕੇ ਚੰਗੀ ਰੀਝ ਨਾਲ। ਅਤੇ ਜਿਹੜਾ ਕਾਲਾ ਤੇਲ ਇਹਦੀਆਂ ਲੱਤਾਂ ਲੁੱਤਾਂ ਨੂੰ ਲੱਗਾ ਸਾਰਾ, ਉਹ ਜਦੋਂ ਚੱਲਦਾ ਟੋਕਾ ਵਗਣ ਕਰਕੇ ਤਾਂ ਸਾਰਾ ਮਤਲਬ ਕਿ ਥੱਲੇ ਖਰਾਬ ਹੋਈਆਂ ਪਈਆਂ। ਸਾਫ ਕਰਕੇ ਤਾਂ ਹੁਣ ਹਾਂਜੀ ਲੱਗੇ ਆਪਾਂ ਇਹਨੂੰ ਕਰਨ ਰੰਗ। ਅਤੇ ਹਾਂਜੀ, ਤੁਸੀਂ ਵੇਖੋ ਵੀਡੀਓ ਅਤੇ ਆਪਾਂ ਕਰਦੇ ਹਾਂ ਰੰਗ। ਅਤੇ ਆਪਣੇ ਚੈਨਲ 'ਤੇ ਜਿਹੜੇ ਨਵੇਂ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਅਤੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਕਮੈਂਟ ਜ਼ਰੂਰ ਕਰਦਿਆ ਕਰੋ ਜੀ। ਨਾਲੇ ਦੱਸਿਓ ਰੰਗ ਕਿੱਦਾਂ ਦਾ ਲੱਗਾ ਤੁਹਾਨੂੰ, ਕਮੈਂਟ ਕਰਕੇ ਜ਼ਰੂਰ ਦੱਸਿਓ। ਇੱਕ ਤਾਂ ਗਰਮੀ ਬੜੀ, ਗਰਮੀ ਦੇ ਵਿੱਚ ਹੀ ਮੈਂ ਕਿਹਾ ਚੱਲ ਵੀ ਕੰਮ ਤਾਂ ਕਰਨਾ ਹੀ ਹੈ ਜ਼ਰੂਰੀ। ਇਹਦੇ ਨਾਲ ਇੰਨਾ ਵੀ ਇੱਕ ਤਾਂ ਚੀਜ਼ ਸੋਹਣੀ ਲੱਗਦੀ, ਇੱਕ ਚੀਜ਼ ਦੀ ਮਨਿਆਦ ਵੱਧ ਜਾਂਦੀ ਆ, ਵੇਖਣ ਨੂੰ ਵੀ ਚੀਜ਼ ਸੋਹਣੀ ਲੱਗਦੀ ਰੰਗ ਰੁੰਗ ਹੋਇਆ ਹੋਵੇ ਤਾਂ। ਚਲੋ ਠੀਕ ਹੈ ਜੀ, ਧੰਨਵਾਦ।
ਥੈਂਕ ਯੂ।